تشریف رکھیں مجلس سے آخری مقرر. نعرہ تکبیر، نعرہ تکبیر، نعرہ رسالت، نعرہ حیدری. ایک دعا خصوصی خالق کائنات اس ذکر کے صدقے اتنی بڑی آزاداری جیسی نعمت جتنے مومنین مومنات مسلمین مسلمات آزاداری جیسی نعمت دے کے چلے گئے پرگتگار سب کے درجات اس مشن میں جنہ جنہ حصہ پایا سادات غیر سادات جو کچھ بھی اپنی طرفوں خالق کائنات اپنی بارگاہ وچ عبادت شمار پروردگار انہاں دے رزق وچ روزی وچ برکت عطا فرمائے تمام دعاؤں دی قبولیت واسطے بابا دے بلند سرواں نعرہ تکبیر نعرہ رسالت نعرہ حیدری حسینیت حسینیت یزیدیت یزیدیت باواز بلند صلوات ہن تواڈے سامنے شہنشاہ ذکر فضائل و مسائل ذاکر اہل بیت سید اقبال حسین بجا بہترین انداز وچ فضائل و مسائل محمد و آل محمد بیان فرمان دے باواز بلند صلوات ذکر سید الشہداء گریہ و مقام مالک اپنی بارگاہ چجر عظیم برق آل یاسین علاقے کے تمام مرحومین بالخصوص بانی مجلس کے خانوادہ دی مرحومین دی ہر وقت تک پہنچا الہی نظر بزرگوں کے درجات بلند فرما نالا پاک خاندان بیٹیاں دے آباد و شاد فرما فرشِ ذات جتنے حاضرین و سامعین دامن ہوائی جو ادائی رکھتے ہیں اے دل اندر بھید جانا نہ لانا کس سائل محتاج و خالی کا لٹا اس ذکر پاک کی برکت نال بیمارا نو شفا عطا فرما بے اولادا نو وارث عطا فرما بے گھرا نو گھر عطا فرما میرے وطن دی میرا اللہ حفاظت فرما سنی شیعہ نو اتفاق عطا فرما دشمنان سیدان و نیست نحول فرما وارث کائنات وارث آل محمد وارث خون حسین امام العصر کا جلدی ظہور فرما قبولیت خاطر صلوات کر کے بخا دینا
ਇਹਨਾਂ ਦੋਵਾਂ ਕੰਮਾਂ ਚੋਂ ਆਖਣਾ ਸੌਖਾ ਕਰਨਾ ਔਖਾ। ਆਖਣ ਵਾਲਾ ਸੌਖਾ ਹੈ, ਬੇਟਾ ਸਬਜ਼ੀ ਲੈ ਜਾ, ਇਹਨੂੰ ਬੇਟੇ ਨੂੰ ਪਤਾ ਹੈ ਪੈਦਲ ਗਿਆ, ਬਾਈਕ 'ਤੇ ਗਿਆ, ਗਰਮੀ 'ਚ ਗਿਆ, ਸਬਜ਼ੀ ਲੈ ਕੇ ਆਇਆ। ਇਹਦਾ ਮਤਲਬ ਹੈ ਆਖਣ ਵਾਲਾ ਸੌਖਾ ਕਰਨ ਵਾਲਾ ਔਖਾ। ਬਹੁਤ ਸ਼ੁਕਰੀਆ ਖੁਦਾ ਅਗਲੇ ਵੈਦ ਦਾ ਗਾ ਰਹੇ ਹਾਂ। ਮੌਸਮ ਵੀ ਐਸਾ ਹੀ ਹੈ, ਸ਼ਾਮੀਆਂ ਨਾਲ ਲੱਗਿਆ। ਮੈਂ ਕਿਹਾ ਵੀ ਮਿਹਰਬਾਨੀ ਕਰੋ ਜਗਾਲ ਛੱਤ ਪਵਾ ਦਿਓ, ਮਿਸਾਲ ਮੈਂ ਸਿਰਫ ਆਦਮੀ ਦਾ ਛੱਤ ਪਵਾ ਦਿਓ, ਅਗਲੇ ਸਾਲ ਛੱਤ ਪਿਆ। ਇਹ ਖਰਚਾ ਆਖਣ ਵਾਲੇ ਦਾ ਜਾਂ ਕਰਨ ਵਾਲੇ? ਬਹੁਤ ਸ਼ੁਕਰ, ਯਾਨੀ ਜਿਸ ਆਖਿਆ ਉਹ ਸੌਖਾ ਹੈ, ਜਿਸ ਕੀਤਾ ਮੇਰੇ ਲਈ ਸੁਨਤ ਭਾਈ। ਜਿਹੜੀ ਮੈਂ ਹਦੀਸ ਪੈਗੰਬਰ ਪੜ੍ਹੀ ਹੈ ਨਾ, ਖੁਤਬੇ ਦੀਵਾਨ ਅਲ ਹੁਸੈਨ ਨੂੰ ਮਿਲੀ ਇਨਾਮ ਅਲ ਹੁਸੈਨ, ਇਹ ਜਿਸ ਆਖਿਆ ਉਹ ਮੁਸਤਫਾ ਹੈ, ਜਿਸ ਕਰਕੇ ਦੁਨੀਆ ਨੂੰ ਦੱਸਿਆ ਨਾ ਉਹਦਾ ਨਾਮ ਹੁਸੈਨ। ਕੁਦਰਤ ਨੇ ਮੈਂ ਤਫੈਜ਼ ਕੀਤਾ ਉਹਦਾ ਖਾਸ ਇਨਾਮ ਹੁਸੈਨ ਨੇ, ਮੈਂ ਲੋਕ ਮੁਹੰਮਦ ਆਦੇ ਹੈ ਮੇਰਾ ਅਸਲੀ ਨਾਮ। ਇਸ ਫਰਮਾਇਆ ਹੁਸੈਨ ਮੇਰੇ ਚੋਂ, ਮੈਂ ਹੁਸੈਨ ਚੋਂ, ਉਸਨੂੰ ਮੁਸਤਫਾ ਦੇ ਇਸ ਦੁਨੀਆਂ ਨੂੰ ਖਰਚਾ ਕਰਕੇ ਪ੍ਰੈਕਟੀਕਲ ਕਰਕੇ ਸਾਬਤ ਕੀਤਾ ਨਾਨਾ ਮੇਰੇ ਵਿੱਚੋਂ ਹੈ, ਮੈਂ ਨਾਨੇ ਵਿੱਚੋਂ। ਉਸ ਪ੍ਰੈਕਟੀਕਲ ਅਮਲੀ ਇਜ਼ਹਾਰ ਖਰਚਾ ਕਰਕੇ ਸਾਬਤ ਕਰਨ ਵਾਲੇ ਦਾ ਨਾਮ ਹੁਸੈਨ। ਔਰ 10 ਮੁਹਰਮ, ਰੋਜ਼ੇ ਕਰਬਲਾ, ਰੋਜ਼ੇ ਆਸ਼ੂਰ, ਇਹ ਮੇਰੇ ਬਾਦਸ਼ਾਹ ਬੋਲੇ ਮੁਸਤਫਾ ਹਦੀਸ ਪੈਗੰਬਰ ਅਮਲੀ ਮੁਜ਼ਾਹਰਾ ਕਰਦਾ। 9 ਲੱਖ ਦੇ ਸਾਹਮਣੇ ਖਲੋ ਕੇ ਮਜ਼ਲੂਮੇ ਕਰਬਲਾ ਦੱਸਿਆ ਯਜ਼ੀਦ ਤੋਂ ਬੋਲ ਰਹੇ ਹੈ, ਨਾਨਾ ਆਪਣੇ ਦੌਰ ਦੇ ਮੁਹੰਮਦ ਨੇ, ਮੈਂ ਆਪਣੇ ਦੌਰ ਦਾ, ਮੈਂ ਔਰ ਮੁਸਤਫਾ ਜੁਦਾ ਨਹੀਂ। ਇਸੇ ਦਿਨ ਵਾਸਤੇ ਮੇਰੇ ਨਾਨੇ ਫਰਮਾਈ ਹੁਸੈਨ ਨੂੰ ਮਿਲਨੀ ਅਨਾ ਮੇਰਾ ਹੁਸੈਨ। ਔਰ ਯਜ਼ੀਦ ਵਲੀਦ ਖੁਦਾ ਇਸ ਤੇ ਲਾਨਤ ਕਰੇ, ਮੇਰੇ ਬਾਦਸ਼ਾਹ ਹੁਸੈਨ ਨੇ ਸਲਾਮ ਫਰਮਾਇਆ ਯਜ਼ੀਦ ਤੂੰ ਕਿਸ ਨਾਲ ਜੰਗ ਕਰਨਾ ਚਾਹੁੰਦਾ? ਉਸ ਕਿਹਾ ਹੁਸੈਨ ਤੇਰੀ ਮੇਰੀ ਕੋਈ ਜੰਗ ਨਹੀਂ, ਕਤਈ ਤੌਰ 'ਤੇ ਹੈ ਹੁਸੈਨ ਇਬਨ ਅਲੀ, ਮੈਂ ਤੇਰੇ ਨਾਲ ਲੜਾਈ ਨਹੀਂ ਕਰਦਾ, ਮੈਂ ਤੇਰੇ ਨਾਲ ਜੰਗ ਕਰਨਾ ਹੀ ਨਹੀਂ ਚਾਹੁੰਦਾ, ਤੂੰ ਖਾਮ ਖਾਂ ਮੇਰੇ ਸਾਹਮਣੇ ਆ ਕੇ ਮਾਰਿਆ ਜਾਏ। ਮਜ਼ਲੂਮੇ ਕਰਬਲਾ ਫਰਮਾਇਆ ਯਜ਼ੀਦ ਤੂੰ ਕਿਸ ਨਾਲ ਜੰਗ ਕਰਨਾ ਚਾਹੁੰਦਾ? ਉਸ ਕਿਹਾ ਜਿਹੜਾ ਕਾਨੂੰਨ ਮੁਹੰਮਦ ਲੈ ਕੇ ਆਇਆ ਦੀਨ ਦੀ ਆੜ ਵਿੱਚ, ਲੈ ਜਾ ਸਮਝਣਾ, ਦੀਨ ਦੀ ਆੜ ਵਿੱਚ ਜਿਹੜਾ ਕਾਨੂੰਨ ਲੈ ਕੇ ਆ ਉਹ ਅਸਲ ਹੀ ਸਾਡੇ ਖਿਲਾਫ਼, ਮੈਨੂੰ ਉਸ ਕਾਨੂੰਨ ਦੀ ਤਕਲੀਫ ਹੈ। ਮੇਰਾ ਸੁਣੀ ਭਾਈ ਪਲੀਜ਼ ਸਮਝੋ ਕਰਬਲਾ ਪਿਆ। ਉਸ ਅਸੀਂ ਜੱਥੇ ਦੇ ਕਬਾਇਲੀ ਸਰਦਾਰ ਲੋਕ ਹਾਂ, ਸਾਡੇ ਮੂੰਹ 'ਚੋਂ ਗੱਲ ਨਿਕਲ ਕੇ ਮੁਆਸ਼ਰੇ ਦਾ ਕਾਨੂੰਨ ਬਣਦਾ ਹੈ, ਅਸੀਂ ਬੰਦੇ ਨੂੰ ਆਪਣੀ ਆਪਣੀ ਜਗ੍ਹਾ 'ਤੇ ਰੱਖਿਆ, ਕੰਮੀ ਦੀ ਜ਼ਰੂਰਤ 'ਤੇ ਸਾਡੀ ਉਸਨੀ ਦੇ ਬਰਾਬਰ ਬੈਠੇ। ਮੁਹੰਮਦ ਇਬਨ ਅਬਦੁੱਲਾ ਨਵਾਂ ਕਾਨੂੰਨ ਲੈ, ਅਰਬੀ ਨਜਮੀ ਦੀ ਫੋਕੀਅਤ ਨਹੀਂ, ਗੋਰੇ ਨੂੰ ਕਾਲੇ ਦੀ ਫੋਕੀਅਤ ਨਹੀਂ। ਉਹ ਸਕਿਆ ਹੁਣ ਕਮੀਆਂ ਨੂੰ ਸਾਡੇ ਨਾਲ ਬਿਠਾਉਣਾ ਚਾਹੁੰਦਾ। ਉਸ ਕਾਨੂੰਨ ਦੀ ਤਕਲੀਫ ਹੈ ਸਾਨੂੰ, ਸ਼ਰਾਬ ਨਾ ਪੀਓ, ਕਿਉਂ ਨਾ ਪੀਵੀਏ? ਅਸੀਂ ਪਿਓ ਦਾਦੇ ਹੋ ਸ਼ਰਾਬ ਪੀਂਦਾ, ਅਸੀਂ ਤਾਂ ਉਹ ਖਾਣਾ ਮੁਕੰਮਲ ਨਹੀਂ ਸਮਝਦੇ ਜਿਹਦੀ ਸ਼ਰਾਬ ਨਾ, ਅਸੀਂ ਤਾਂ ਅੱਖੇ ਲੱਗ ਨੂੰ ਸ਼ਰਾਬ ਛੋੜ ਦੀ। ਉਹ ਸਕੇ ਸ਼ਰਾਬ ਹਰਾਮ ਕਰਨਾ ਚਾਹੁੰਦਾ, ਇਹ ਅਸਲ ਹੀ ਸਾਡੇ ਤੇ ਹੈ, ਤਵੱਜੋ ਨਹੀਂ ਫਰਮਾ। ਅਸੀਂ ਔਰਤ ਨੂੰ ਬਾਇਸ ਨੰਗੋਵਾਰ ਸਮਝਦੇ ਹਾਂ, ਔਰਤ ਬਾਇਸ ਤੋਹਮਤ ਹੈ, ਔਰਤ ਬਾਇਸ ਨੰਗੋਵਾਰ ਹੈ, ਰਾਤੀ ਜੰਮੀ ਸੁਰੋ ਦੱਬ ਦਿੱਤੀ ਹੈ। ਜੋ ਨਵਾਂ ਦੀਨ ਲਿਆ ਸਾਡੇ ਕੋਲ ਔਰਤਾਂ ਦੀ ਇੱਜ਼ਤ ਕਰਾਏਗਾ, ਬੋਝ ਬਣ ਕੇ ਨਹੀਂ ਆਈ, ਰਹਿਮਤ ਬਣ ਕੇ ਆਈ। ਨਹੀਂ ਭੁੱਖੀ ਬਣੇ ਦਾ ਨਿਕਾਹ ਕਿਉਂ ਨਹੀਂ ਹੁੰਦਾ? ਅਹਾਲੀਆਂ ਨੇ ਚਿਤਾ ਫਿਰ ਖਸੂਸ ਮੇਰੇ ਪੜ੍ਹੇ ਲਿਖਿਆ ਨੇ ਸੁਨਣ ਭਾਈ, ਇਹਨਾਂ ਦੀ ਤਾਰੀਖ ਤੇ ਨਿਗਾਹ ਹੈ, ਆਲਮੇ ਦੀਨ ਤਸ਼ਰੀਫ ਫਰਮਾਨੀ ਇਸ ਦੀ ਤੱਕ ਕੇ ਪੁੱਪੀ ਤੇ ਇਸ ਖਤ ਲਿਖ ਦਿੱਤਾ ਮਦੀਨੇ, ਐ ਫਰਜ਼ੰਦ ਰਸੂਲ ਮੇਰੇ ਘਰ ਫਲਦਾਰ ਪੌਦਾ ਹੈ, ਵੱਡਾ ਹੋ ਗਿਆ, ਪੱਕ ਗਿਆ, ਫਲ ਕਾਬਲ ਖਾਣ ਦੇ, ਖਾ ਲਾ, ਫਤਵਾ ਦਿਓ। ਮੈਂਟੈਲਿਟੀ ਵੇਖੋ ਯਜ਼ੀਦੀਅਤ, ਹੁਣ ਪਤਾ
ਨੇ ਸੈਦ ਸ਼ਾਹ ਨੇ ਭੋਲੇ ਬਾਦਸ਼ਾਹ ਨੂੰ ਆਣਾ ਹਾਂ ਫਲ ਘੋਸਿਆ ਫਗਲੋ ਫਤਵਾ ਕੇ ਪੁੱਟ ਕੇ ਨਾ ਦਿੱਤਾ ਮੇਰੇ ਬਾਦਸ਼ਾਹ ਹੁਸੈਨ ਨੇ ਸਲਾਮ ਖਤ ਦੇ ਪਾਸੇ ਇੱਕੋ ਹੀ ਸਤਰ ਲਿਖੀ ਬੋਲਤੀ ਬੰਦ ਕਰ ਦਿੱਤੀ ਨਿਵਾਸੇ ਰਸੂਲ ਦਾ ਤਦੱਪਰ ਵੇ ਤਦੱਪਰ ਇਮਾਮਤ ਕਿਤਨਾ ਹੈ ਮੇਰੇ ਬਾਦਸ਼ਾਹ ਫਰਮਾਇਆ ਤੂੰ ਮਸਲਾ ਪੁੱਛੇ ਤੇਰੇ ਘਰ ਫਲ ਨਾਲ ਪੌਦੇ ਫਲ ਤਿਆਰੇ ਖਾਣਾ ਚਾਹੇ ਖਾ ਨਾ ਲੇਕਿਨ ਸ਼ਰਤ ਹੀ ਫਲ ਨੂੰ ਛੁਰੀ ਨਾਲ ਟੱਕ ਲਈ ਬੂਰ ਨਿਕਲੇ ਹਲਾਲ ਖੂਨ ਨਿਕਲੇ ਹਰਾਮ ਤੇਰੀ ਮੇਰੀ ਜੰਗ ਨਹੀਂ ਮੈਂ ਉਸ ਕਾਨੂੰਨ ਨਾਲ ਬਦਲਣਾ ਚਾਹੁੰਦਾ ਮੇਰੀ ਜੰਗ ਉਸ ਕਾਨੂੰਨ ਨਾਲ ਹੈ ਉਹ ਜਿਹੜਾ ਆਦਾ ਮੈਂ ਦੀਨ ਲੈ ਕੇ ਆਇਆ ਮੈਂ ਉਸਨੂੰ ਬਦਲਣਾ ਚਾਹੁੰਦਾ ਫਰਮਾਇਆ ਮੈਂ ਉਸ ਦੀਨ ਦਾ ਮੁਹਾਫਜ਼ ਹਾਂ ਮੈਂ ਹਲਾਲ ਮੁਹੰਮਦ ਹਲਾਲ ਰੱਖਾਂਗਾ ਹਰਾਮ ਮੁਹੰਮਦ ਹਰਾਮ ਰੱਖਾਂਗਾ ਮੈਂ ਨਾਨੇ ਦਾ ਦੀਨ ਨਹੀਂ ਬਦਲਣਾ ਉਸ ਕਿਹਾ ਹੁਸੈਨ ਤੇਰੀ ਸਮਝ ਨਹੀਂ ਆ ਰਹੀ ਤੂੰ ਕੋਈ ਨਵਾਂ ਕਲਮਾ ਪੜ ਲਿਆ ਮਦੀਨੇ ਵਿੱਚ ਮੁਸਲਮਾਨਾਂ ਸਾਰਿਆਂ ਕਲਮਾ ਪੜਿਆ ਉਹਨਾਂ 'ਚ ਮੇਰੇ ਕੀ ਕੋਲ ਉਸ ਕਰ ਤੂੰ ਵੱਡਾ ਮੁਸਲਮਾਨ ਹੈ ਬਾਦਸ਼ਾਹ ਫਰਮਾਇਆ ਤੈਨੂੰ ਕਿਸ ਆਖਿਆ ਮੈਂ ਮੁਸਲਮਾਨ ਯਜ਼ੀਦ ਆਖੇ ਤੇ ਹੁਸੈਨ ਤੂੰ ਕੌਣ ਹੈ ਫਰਮਾਇਆ ਜਿਹੜੇ ਤੇਰੇ ਰੋਗ ਉਹ ਦਬਦਬੇ ਤੂੰ ਡਰ ਕੇ ਘਰਾਂ 'ਚ ਵੜ ਗਏ ਨੇ ਨਾ ਉਹ ਮੁਸਲਮਾਨ ਨੇ ਮੈਂ ਮੁਸਲਮਾਨ ਨਹੀਂ ਮੈਂ ਇਸਲਾਮ ਹਾਂ ਹੁਸੈਨ ਰੱਖਣਾ ਤੇ ਹੱਥ ਤੇ ਹੱਥੀ ਆ ਤੇ ਯਾਰ ਆਰਾਮ ਨਾਲ ਜ਼ਿੰਦਗੀ ਗੁਜ਼ਾਰ ਕਿਉਂ ਬਾਲ ਬੱਚਾ ਮਰਵਾ ਲਏਗਾ ਮੇਰੇ ਕੋਲ ਮਜ਼ਲੂਮ ਕਰਬਲਾ ਫਰਮਾ ਤੂੰ ਕੀ ਸਮਝਿਆ ਇਹ ਹੱਥ ਹੁਸੈਨ ਦਾ ਹੱਥ ਸਭਾ ਲੱਖ ਨਬੀਆਂ ਦਾ ਹੱਥ ਹੁਸੈਨ ਵਾਰਸ ਏ ਅੰਬੀਆ ਇਹ ਨਾਨੇ ਮੁਹੰਮਦ ਦਾ ਹੱਥ ਹੈ ਇਹ ਕੱਲੇ ਹੁਸੈਨ ਦਾ ਹੱਥ ਨਹੀਂ ਜਿੱਥੇ ਹੱਥ ਝੁੱਕ ਗਿਆ ਉੱਥੇ ਸਭਾ ਲੱਖ ਨਬੀ ਝੁੱਕ ਗਿਆ ਚੰਦ ਬੰਦੇ ਨੇ ਤੇਰੇ ਨਾਲ ਮੇਰੀ ਫੌਜ ਦਾ ਪਤਾ ਹੀ ਦੁਨੀਆ ਦੀ ਦੋ ਤਿਹਾਈ ਦਾ ਮੈਂ ਹੁਕਮਰਾਨ ਉਹਦੇ ਰਿਐਲਿਟੀ 36 ਮੁਲਕ ਯਜ਼ੀਦ ਆਖਿਆ ਮੇਰੇ ਅੰਡਰ ਨੂੰ 9 ਲੱਖ ਫੌਜ ਮੇਰੇ ਕੋਲ ਚੰਗਜੂ ਬਹਾਦਰ ਮੇਰੇ ਨਾਲ ਹੈ ਮੁਸੱਲਾ ਮੇਰੇ ਨਾਲ ਹੈ ਬਹਾਦਰ ਮੇਰੇ ਨਾਲ ਹੈ ਤਾਕਤਵਰ ਮੇਰੇ ਨਾਲ ਹੈ ਦੌਲਤ ਮੇਰੇ ਕੋਲ ਹੈ ਪੈਸਾ ਮੇਰੇ ਕੋਲ ਹੈ ਇਕਤਦਾਰ ਮੇਰੇ ਕੋਲ ਹੈ ਸ਼ਾਹੀ ਮੇਰੇ ਕੋਲ ਹੈ ਹੋ ਸਕੇ ਇਸ ਤੋਂ ਵੱਧ ਹੋਰ ਦੱਸਾਂ ਨਿਮਾਜ਼ੀ ਮੇਰੇ ਨਾਲ ਨਹੀਂ ਹਾਜੀ ਮੇਰੇ ਨਾਲ ਨਹੀਂ ਕਾਰੀ ਮੇਰੇ ਨਾਲ ਨਹੀਂ ਮੁਫਤੀ ਮੇਰੇ ਨਾਲ ਨਹੀਂ ਤੇਰੇ ਨਾਲ ਹੈ ਕੀ ਹੈ ਮਜ਼ਲੂਮ ਕਰਬਲਾ ਫਰਮਾਇਆ ਜਾ ਪਾਗਲਾ ਇਤਨਾ ਕੁਝ ਹੋਣ ਦੇ ਬਾਵਜੂਦ ਮੰਗਦਾ ਤੇ ਤੂੰ ਹੀ ਹੈ ਨਾ ਤੇਰਾ ਤਲੀ ਕਰਨਾ ਇਸ ਬਾਤ ਦੀ ਦਲੀਲ ਹੈ ਤੇਰੀ 9 ਲੱਖ ਦੀ ਫੌਜ ਬੇਕਾਰ ਤੇਰੀ 36 ਮੁਲਕਾਂ ਦੀ ਸ਼ਾਹੀ ਖਤਮ ਤੇਰੀ ਦੌਲਤ ਪੈਸੇ ਜੰਗਜੂ ਬਹਾਦਰ ਸਭ ਬੇਕਾਰ ਨੇ ਅਗਰ ਮੈਂ ਜੁਮਲਾ ਆਖਿਆ ਮੇਰੇ ਬਾਦਸ਼ਾਹ ਹੁਸੈਨ ਅਲੈਹਿਸ ਸਲਾਮ ਫਰਮਾਇਆ ਮੇਰਾ ਇਨਕਾਰ ਤੇਰੇ ਇਕਤਦਾਰ ਦੇ ਭਾਰੀ ਮੇਰਾ ਇਨਕਾਰ ਮੇਰੇ ਬਾਦਸ਼ਾਹ ਫਰਮਾ ਵੀ ਯਜ਼ੀਦ ਤੂੰ ਉਹਨਾਂ ਵਿੱਚੋਂ ਹੀ ਹੈ ਨਾ ਜਿਹਨਾਂ ਮੱਕੇ ਬਹਿ ਕੇ ਤਾੜੀਆਂ ਮਾਰੀਆਂ ਅਬ ਤਾਰੇ ਅਬ ਤਾਰੇ ਇਹਦਾ ਨੜੀ ਨਾ ਡੱਗਾ ਨਾ ਜੀ ਨਾ ਪੁੱਤਰ ਅੱਜ ਮੋਇਆ ਕੱਲ ਖਤਮ ਇਹਦਾ ਮਿਸ਼ਨ ਕਿਸ ਚਲਾਣਾ ਉਹਨਾਂ ਵਿੱਚੋਂ ਹੀ ਹੈ ਨਾ ਤੂੰ ਜਿਹਨਾਂ ਮੇਰੇ ਨਾਨੇ ਨੂੰ ਅਬ ਤਰ ਵੀ ਔਲਾਦ ਆਖਿਆ ਇੱਥੇ ਸੀਨੇ 'ਤੇ ਹੱਥ ਮਾਰ ਕੇ ਮੇਰੇ ਸ਼ਬੀਰ ਫਰਮਾ ਲੈ ਅੱਜ ਮੈਂ ਦੱਸਾਂਗਾ ਨਾਨਾ ਅਬ ਤਰ ਨਹੀਂ ਮੈਂ ਨਾਨੇ ਦਾ ਪੁੱਤਰ ਹਾਂ ਮਾਰ ਦੇਗਾ ਮੈਂ ਤੈਨੂੰ ਫਰਮਾ ਮੈਂ ਮਰ ਕੇ ਵੀ ਨਾਨੇ ਦਾ ਦੀਨ ਬਚਾ ਕਫਨ ਨਹੀਂ ਦਿਆਂਗਾ ਫਰਮਾ ਤੋਂ ਮਿਲ ਨਹੀਂ ਦੇਗਾ ਕਿਆਮਤ ਤੱਕ ਹਰ ਗਰੀਬ ਸ਼ੀਆ ਦੇ ਘਰ ਕਫਨ ਮੈਂ ਪਹੁੰਚਾਉਂਦਾ ਤੇਰੀਆਂ ਭੈਣਾਂ ਦੇ ਬੁਰ ਕੇ ਲੁੱਟ ਲਾਂਗਾ ਫਰਮਾ ਹਾਂ ਚਾਦਰਾਂ ਉਤਾਰ ਸਕਣਾ ਹਿਜਾਬ ਨਹੀਂ ਉਤਾਰ ਸਕਣਾ
جڑی خود حجاب اللہ ہے تو توحید کا حجاب کیویں اتارے گا؟ اے میں وعدہ کرنا تو میری بہنوں دیا چادر اتار قیامت تک ہر شریف زادی کے سر تے چادر نہ پہنچائی تو میرے سیدہ کا پتر ہی نہ اج بھی بانی بجر سا بیٹا فرما رہا ہے بابا جی اسی مستورا چادر تقسیم کر محنت اس بہن کی جی بدماشا چونن کے سر گزر پردے چ بیٹھی ہیں شریف زادی اس چادر کا بڑا خیال کرنا اس برکے کو بڑا سنبھالنا اس کو داغدار نہ ہونے دینا کل میدان معاشر جاؤ نہ دسنا آن کی امڑی تو اوکھی بچائی آئی نہ میں پیدال لے کے آئی میں اپنے پنڈ کی گلی بچ گزرتی تو بغیر چادر اس کی بہت قدر کرنا بڑی اوکھی بچائی بچائی میں تیریا قبر نال قبر نہیں رہن دیا گا پھر میں کی کر سکنا قبر نال جتھے میرے خون کا قطرہ گرے نا اتنے زری بن جائے گی میں تین اتنے مارا گا جتھے تیری قید کس لینی ہے کرب و بلا خوف دی جگہ کرب خوف تکلیف اندر کاڑے اتوں چٹے جانن مرد قافلہ لے کے نہیں گزرتے بندے ڈرتے ہیں کربلا نو بلا کے دور ہو تین بندے قافلہ لے کے نہیں گزرتے خوف ہے ڈر ہے نبی آئے نے روند چوک گئے اتنے جا تین مارا گا تیری قید کتنے لینی ہے اتنے تین پوچھنے کے ساتھ پھر میں تین پتہ نہیں حسین کون ہے جا میں صدیقت الکبرا ماں کا پتر وعدہ کر رہے ہیں اللہ کی کائنات سب تو بڑا اجتماع کر بلاوے گا جتھے چٹے چانن مرد نہیں نہ گزر گئے ادھی رات بندے دنیا لے کے نہ ہو تو میں حسین نہ جاؤ موجزہ ویکھو کر بلا جا کے بین الحرمین شریف زادیاں ستیاں جرت نہیں کسی کی کوئی بقیت اللہ کی قسم ہے پانی اس میں شیعہ پوائنٹ آف ویو نال بات نہیں کر رہا کوئی حاجی بیٹھا تو میری تائید کرے پانی کو نہیں کدھر کدھر ٹوٹی لگی رش ہے کتنی گرمی ہے چھٹی ٹمپریچر کی کر اتر پارٹیاں جان والے ڈیڈ باڈیاں جان والے ہار بائن سے میرے بادشاہ کی تیاری کر 80 کلومیٹر 80 کلومیٹر صاحبان لایا گیا کہ بادشاہ حسین دے مہمان نہ بن جائے 6 کروڑ بندہ ہوئے گا میں یا علی دی قسم ہے کھوان والے چوکھے نے کھان والے تھوڑ تو اتنے پیسے لے کے حاجیوں کو پھر خجل کر دیتا ہے نا کدی آ نہ کر رہا تین پتہ لگے حسین کس طاقت کا میڈیا حیران ہے 6 کروڑ بندہ ایک ٹائم ایک روٹی کھائے تو 6 کروڑ بندی ایک کمرہ کون 6 کروڑ ایک روٹی دنیا دی کوئی ڈش نہیں جی اتنے نہیں پی تو سوچ میں کھانے 17 قدم تو نعمت سامنے راز خدا ہے میرا بادشاہ اج بندے اس دے آڑے آ رہے ہیں میں جلوس نہیں لگن دینا میں اتو روکا گا میں مجلس نہیں ہوں دینی جھوٹے فراڈ ہے جڑا حسینیت دے سامنے آنا چاہتا ہے اپنے پیو دادے دا دل ویکھ لے پہلے کتھے گئی فرعون بکر دا جزید پلی 36 ملکہ دا بادشاہ ہے 9 لکھ فوج دے اندر ہے آج اس دے محل دا نام و نشان نہیں حسین بادشاہ دا جون جتھو گزرے صراط مستقیم دا پتہ پڑا بندے سمجھتے ہیں خوشیاں دا پیشوا ہے حسین سمجھو پلیز حسین حسین انسانیت حسین سینس حسین شعور حسین آگہی بندے سمجھتے ہیں کالے کپڑے پا کے علم لا کے ماتم کرنا والا شیعہ ہے ٹوٹلی رونگ اہل بیت دے دشمناں تے لعنت تیرے تک حسینیت پہنچی کوئی نہیں
حسین صرف شیعت نہیں بچائی، کربلا حسین انسانیت بچائی۔ گرو نانک ہندو سکھاں دا پیشوا ہے، حسین دا منتظر۔ میں اس دے بارے پڑھیا ہے کہ گرو نانک 10 محرم پہلی جتی نہیں پاندا، سایت نہیں پاندا، فاقہ کرتا، دکھ تے بیٹھے ہیں، پسینہ آئے ہیں، چیلے دڑ۔ گرو جی اٹھو چھان، تو سکے میرا گرو دکھ تے پانی وہ دسا ہے میں کہ ایتھے 10 محرم مسلمان دے نبی دے پتر دا دین، حسین دا اس جہاں اس حسین دی یاد وچ۔ تو ہندو تو مسلمان دے نبی دا پتر، تو اس دا کیوں قائل ہے؟ چھوڑ یا حسین چھوڑ یا کلمہ پڑھ کے مسلمان ہو۔ مسلمان اپنی مینٹیلٹی ویکھ، سکھ دی ویکھ۔ گرو نانک آخیا راں دا حسین نہیں کلمہ نہیں پڑھا، کیوں سکے شرمندہ شرمندگی ہوندی ہے، کلمہ کیویں پڑھا، او دا قاتل بھی کلمہ پڑھتا۔ کچھ آجیوں نے مل کے کعبہ گرا دیا، ہندوؤں کے حسین ہی نام۔ ہو سکے سمجھ نہیں آ رہی تو ایڈا کیوں منتا دار ہے حسین، ہو سکے مجبوری ہے۔ قدم قدم تے میں حسین ابن علی کا شکریہ ادا کروں، وجہ دس، ہو سکے چھوڑ دینا حسین نو، سکھ ہندو گرو نانک اپنے چیلن پہ تو میں آج چھوڑنا، جا گھر بہن نال ویاہ کر۔ ہو سکے گرو ہوش نو ہاتھ مار، کدی بہن نال بھی ویاہ ہوئے نے، سکھ ڈب کے مر جا، جڑا سکھاں نو بہن نال ویاہ نہ کرن دے او دا نام حسین۔ سکھاں نو شعور دیتا ہے بہن بہن کی، یہ کربلا دی جنگ ہتھ بلند کھولن دی جنگ، 10 منٹ پہلے 10 منٹ بعد روزہ چھوڑن دی جنگ۔ کربلا سمجھو وہی کربلا کیا ہے، اگر میں جنگ کربلا دی ایک جملے چ پڑھا تو میرے سنی بھائی میرے کام علم طالب علم دے ذہن دے مطابق کربلا دی جنگ ایک جملے چ بن گئی کہ چار رشتے نے اس دنیا تے عورت دے، چار۔ کربلا کیا ہے؟ ماں بہن دھی بیوی، چار ہی رشتے نے، ماں بہن دھی بیوی۔ یزید کون آئی، حسین کون آئی، لا الہ الا اللہ محمد رسول اللہ علی ولی اللہ، یزید چاند نہیں، چار ہی کو جیاں نے شبیر اٹھ کے دسے ترے حرام نے ایک حلال ہے، ماں ماں ہے، بہن بہن ہے، دھی دھی ہے، بیوی۔ تین مقدس رشتے دی جس پہچان کرائی ہے اس موسم میں نام حسین، تیرے گھر ماں ہے تو حسین نہیں، تیرے گھر بیٹی چادر لیندی ہے پھر تو حسین نہیں، 18 سال کا تیرا پتر ہے، 20 سال کی تیری دھی ہے، ایک بیڈ تے ساری رات کٹھے سوتے نے، تو دوجے کمرے چ مطمئن نے، تیرے اطمینان کا نام حسین۔ کالے کپڑے پانا، ماتم کرنا، علم لانا، شیعت نہیں ہے، علامت ہے۔ اسی تے دنیا دس لے، اسی حسینیاں، حسینیت مقدس رشتے دی تعظیم اور پہچان، حلال نو حلال سمجھنا، دین محمد دے حرام نو حرام سمجھنا، اے حسین۔ تم فرقیاں دیاں اینکاں وچوں حسین نو ویکھنا ہے، کدی انسانیت دے چشمے چ ویکھ حسین، ماشاءاللہ۔ آئی تیرے گھر، او تو گھر آئے ماں پیا دی بیٹا میں چادر دے، او پتر آ گیا، بہن دوڑی ہے میں چادر سر کا جاں، ویر آ گیا گھر دے اندر، چار دے والے سب تو چادر اتر بھی جاؤ، اس بہن نو آکھے نا میرا دے سامنے بھی سر کا جی استا کا دا نام حسین، میرے بادشاہ حسین جتنے اصول کربلا بچائے گئے اج تیرے گھر موجود نے، تو پھر مقروض ہے تو حسین، اسی تے شکریہ ادا کرنا ہے، اسی نہ روئیے تب ہی حسین حسین، کنڈ کر دے دنیا تب ہی شبیر شبیر، ایتے شکریہ ادا کرن دے انداز نے سڑے چوکھے رون پیٹر نال علی دی اندے یعنی سر کے جے جان دے گزر گئی ہیں بدماشاں چوں، وہ تک لنگ گئی نا علی دی اندیاں،
ਸਰਾਂ 'ਤੇ ਚਾਦਰਾਂ ਨਹੀਂ, ਪੈਰਾਂ 'ਚ ਨਾ ਲੈਣ ਕੋਈ ਨਹੀਂ, ਉੱਥੇ ਗੁਜ਼ਰ ਗਏ ਹਾਂ। ਅਸੀਂ ਤਾਂ ਸ਼ੁਕਰੀਆ ਅਦਾ ਕਰਦੇ ਹਾਂ, ਇਤਨੇ ਜੋਏ ਕੋਈ ਨਹੀਂ। ਮਜਲਸੇ ਹੁਸੈਨ ਅਸੀਂ ਕਰਾਉਂਦੇ ਕਿਉਂ, ਤੂੰ ਰੋਕਦਾ ਕਿਉਂ? ਕਦੀ ਸਮਝਿਆ ਇਸ ਮਜਲਸ ਦਾ ਫਲਸਫਾ ਕੀ? ਅਸੀਂ ਜਿਤਨੇ ਬੈਠੇ ਮੁਹੰਮਦ ਰਸੂਲਲਾ ਪੜ੍ਹਨਾ, ਇਹਦੀ ਦੀ ਮਜਲਸ ਹੈ, ਉਹ ਸਾਡੇ ਨਬੀ ਦਾ ਪੁੱਤਰ ਹੈ। ਅੱਛਾ ਫਿਰ ਅਜੀਬ ਇਤਫਾਕ, ਮਜਲਸ ਕਰਾਉਣ ਵਾਲਾ ਵੀ ਨਬੀ ਦਾ ਉਮਤੀ ਹੈ, ਰੋਕਣ ਵਾਲਾ ਵੀ ਨਬੀ ਦਾ ਉਮਤੀ ਹੈ। ਨਹੀਂ ਸਮਝ ਲਿਆ, ਇਸ ਮਜਲਸ ਦੀ ਤਕਲੀਫ ਸਿੱਖ ਨੂੰ ਨਹੀਂ, ਹਿੰਦੂ ਨੂੰ ਨਹੀਂ, ਈਸਾਈ ਨੂੰ ਨਹੀਂ, ਯਹੂਦੀ ਨੂੰ ਨਹੀਂ, ਮੁਸਲਮਾਨ ਨੂੰ। ਕੌਣ ਮੁਸਲਮਾਨ? ਜਿਹਦੇ ਮੁਸਤਫਾ ਫਰਮਾਇਆ ਹੁਸੈਨ ਮਿੰਨੀ ਵਾਹਨਾ ਮਿੰਨਤ ਹੁਸੈਨ, ਮੁਸਲਮਾਨ ਚੱਲਦਾ ਹੁਸੈਨ ਦੀ ਮਜਲਸ ਨਾਲ, ਮੁਸਲਮਾਨ ਹੀ ਚੱਲਦਾ ਮੈਂ ਹੁਸੈਨ ਦੀ ਮਜਲਸ ਨਾਲ। ਕੰਜਰ ਨਚਾਣੇ ਨੇ, ਖੁਸਰੇ ਨਚਾਉਣੇ, ਨਚਾਓ ਜੀ, ਉਹਨਾਂ ਦਾ ਆਪਣਾ ਘਰ ਹੈ, ਕੋਠੀ ਹੈ ਜੀ ਉਹਨਾਂ ਦੀ ਆਪਣੀ, ਲੇਕਿਨ ਹੁਸੈਨ ਦੀ ਮਜਲਸ ਮੈਂ ਨਹੀਂ ਹੁੰਦਾ। ਕਿਆ ਸ਼ਬੀਰ ਦੀ ਮਜਲਸ ਬੰਬ ਬਲਾਸਟ ਕਰਦੀ ਹੈ? ਕਿਆ ਮਜਲਸ ਹੁਸੈਨ ਦੀ ਲਫ਼ਜ਼ ਬੋਲੇ ਜਾਂਦੇ? ਕਿਆ ਸਾਹਬੇ ਕਰਾਮ ਵਾਲੀ ਗਲੋਚ ਤੋਹੀਨ ਕੀਤੀ ਜਾਂਦੀ ਹੈ? ਮਜਲਸ ਸ਼ੁਰੂ ਹੋਈ, ਕਿਸ ਆਖਰ ਸਾਹਬਾ ਦੀ ਤੋਹੀਨ ਕੀਤੀ? ਮੁੱਲਾ ਬੈਰੀਅਰ ਕਿਉਂ ਲਾਇਆ? ਨਾ ਜਾਓ ਜੀ ਸਾਹਬਾ ਦੇ ਮੰਖਲ ਜੇ, ਨਾ ਜਾਓ ਜੀ ਉੱਥੇ ਜੀ, ਇਹ ਵਾਹਿਦ ਮਹਿਫਲ ਹੈ ਜਿੱਥੇ ਬਾਪ ਬੇਟੀ ਲੈ ਕੇ ਆਉਂਦਾ, ਇਹ ਵਾਹਿਦ ਮਹਿਫਲ ਹੈ ਜਿੱਥੇ ਭਾਈ ਭੈਣ ਲੈ ਕੇ ਆਉਂਦਾ। ਮੁਸਲਮਾਨ ਚਾਹੁੰਦਾ ਮੈਂ ਇਤਨੀ ਮਜਲਸ ਹੋ, ਲਾ ਇਲਾਹ ਇਲੱਲਾ ਮੁਹੰਮਦ ਰਸੂਲੁੱਲਾਹ ਅਲੀ ਵਲੀ ਉੱਲਾ, ਮੈਂ ਸੈਯਦ ਹੋ ਕੇ ਖੁਦਾ ਦੇ ਘਰ ਖਲੋ ਕੇ ਕਸਮਾਂ ਚਾਹ ਰਿਹਾ, ਮਜਲਸ ਬੰਬਲਾਸ ਨਹੀਂ ਕਰਦੀ, ਮਜਲਸ ਨਿਕਾਹ ਨਹੀਂ ਤਰੋੜਦੀ, ਮਜਲਸ ਸਾਹਬਾ ਕਰਾਮ ਦਾ ਤੋਹੀਨ ਨਹੀਂ ਕੀਤੀ ਜਾਂਦੀ। ਮੇਰਾ ਸੁਣੀ ਸ਼ੀਆ ਭਾਈ, ਮਜਲਸ ਹੁਸੈਨ ਇੱਕੋ ਹੀ ਮੁਤਾਲਬਾ ਤੇਰੇ ਕੋਲ ਕਰਦੀ ਹੈ, ਕਲਮਾ ਪੜ੍ਹਨ ਵਾਲਿਆ ਦੱਸ ਨਾ 1400 ਸਾਲ ਬਾਅਦ ਕਾਤਲ ਨਾਲ ਹੈ ਜਾਂ ਮਕਦੂਰ ਨਾਲ ਹੈ, ਸਾਲਮ ਨਾਲ ਹੈ ਜਾਂ ਮਜ਼ਲੂਮ, ਯਜ਼ੀਦ ਪਲੀਤ ਨਾਲ ਹੈ ਜਾਂ ਹੁਸੈਨ ਮਜ਼ਲੂਮ। ਹੱਥ ਬੰਨਣਾ ਖੋਲਣਾ ਕੋਈ ਇਸ਼ੂ ਨਹੀਂ, ਸੁੰਨੀ ਆਉਣਾ ਸ਼ੀਆ ਆਉਣਾ ਕੋਈ ਬਹਿਸ ਨਹੀਂ, 10 ਮਿੰਟ ਪਹਿਲੇ 10 ਮਿੰਟ ਬਾਅਦ ਰੋਜ਼ਾ ਖੋਲਣਾ, ਇਹ ਪ੍ਰੋਬਲਮ ਪ੍ਰੋਬਲਮ ਹੈ। ਕਲਮਾ ਪੜ੍ਹ ਕੇ ਮੁਸਲਮਾਨ ਕਿਹੜਾ? 10 ਮੁਹਰਮ ਸ਼ਹਾਦਤ ਹੁਸੈਨ ਦੇ ਬਾਅਦ ਮੁਸਲਮਾਨਾਂ ਦੀਆਂ ਦੋ ਕਿਸਮਾਂ ਨੇ, ਯਾ ਉਮਤੀ ਨਬੀ ਦਾ ਕਲਮਾ ਪੜ੍ਹ ਕੇ ਯਜ਼ੀਦੀ ਮੁਸਲਮਾਨ ਹੈ ਜਾਂ ਹੁਸੈਨੀ ਮੁਸਲਮਾਨ। ਆਬਾਦੀ ਇਹ ਦੁਨੀਆ ਦੀ ਤਕਸੀਮ ਨਹੀਂ ਮੁਸ਼ਕਲ, ਕੁਛ ਲੋਕ ਯਜ਼ੀਦੀ ਹੈ ਕੁਛ ਲੋਕ ਹੁਸੈਨੀ। ਆਪਣੀ ਆਈਡੀ ਵਾਜ਼ੇ ਕਰ, ਸਿਆਸੀ ਪਾਰਟੀਆਂ ਢੇਰ ਸਾਰੀਆਂ ਨੇ, ਦੀਨ ਦੀਆਂ ਪਾਰਟੀਆਂ ਸਿਰਫ ਦੋ ਨੇ ਸਾਡੇ ਕੋਲ, ਜਾਂ ਯਜ਼ੀਦੀ ਮੁਸਲਮਾਨ ਬਣਨੇ ਜਾਂ ਹੁਸੈਨੀ ਮੁਸਲਮਾਨ। ਬੜਾ ਜੁਮਲਾ ਮੈਂ ਪੜ੍ਹਿਆ ਕਿ ਬੋਲਾ ਮੈਂਬਰ ਤੋਂ ਸ਼ਾਹ ਕਾਮਤ ਬਹੁਤ ਹੋ ਗਏ, ਪ੍ਰੋਫੈਸਰ ਹਨ ਬਹੁਤ ਅੱਛੇ ਪੜ੍ਹੇ ਲਿਖੇ। ਮੈਂ ਜਦੋਂ ਉਹਨਾਂ ਜ਼ਾਵੀਆ ਪ੍ਰੋਗਰਾਮ ਵਿੱਚ ਵੇਖਿਆ PTV ਦੇ ਆਉਂਦੇ ਹਨ, ਸਫੈਦ ਰੀਸ਼ ਬੜੀ ਮੰਜੀ ਪਰਸਨ, ਉਹਨਾਂ ਕੋਲ ਕਿਸੇ ਪੁੱਛਿਆ ਇਸ਼ਫਾਕ ਸਾਹਿਬ ਸੁਣਨੀ ਹੋ ਜਾਂ ਸ਼ੀਆ, ਉਹਨਾਂ ਕਿਹਾ ਤੂੰ ਲੇਟ ਹੋ ਗਏ। ਮਜ਼ਹਬ ਪੁੱਛਿਆ ਸੁਣਨੀ ਸ਼ੀ ਹੋ ਸਕਿਆ, ਤੂੰ ਆਖਿਆ ਨਾ ਲੇਟ ਹੈ, ਸੁਣਨੀ ਸ਼ੀਆ ਮਜ਼ਹਬ ਅੱਜ ਕੱਲ੍ਹ ਨਹੀਂ ਪੁੱਛੀਦਾ। ਇਹ ਸਵਾਲ ਹੈ ਦਾ ਮੁਹਰਮ 61 ਹਿਜਰੀ ਤੋਂ ਪਹਿਲੇ ਪਹਿਲੇ ਦਾ, ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ। ਅੱਜ ਕੱਲ੍ਹ ਸੁਣਨੀ ਸ਼ੀਆ ਸਿੱਧਾ ਪੁੱਛਦਾ ਇਸ਼ਫਾਕ ਸਾਹਿਬ ਯਜ਼ੀਦੀ ਹੋ ਜਾਂ ਹੁਸੈਨੀ ਹੋ, ਸਿੱਧਾ ਦੱਸ ਦੋ ਕੌਣ ਹੈ। ਮਜਲਸ ਡੱਕ ਕੇ ਦੱਸ ਮੈਂ ਯਜ਼ੀਦ ਨਾਲ, ਮਜਲਸ ਕਰਾ ਕੇ ਦੱਸ ਮੈਂ ਹੁਸੈਨ। ਬੰਦਿਆਂ ਦੇ ਸੀ ਮੁੱਲਾ ਡੇਂਜਰਸ ਹੈ, ਮੁੱਲਾ ਖਤਰਨਾਕ ਹੈ, ਤੇਰੇ ਮੋਢੇ ਤੇ ਰੱਖ ਕੇ ਮੁੱਲਾ ਚਲਾ ਰਹੇ, ਤੈਨੂੰ ਪਤਾ ਹੀ ਕੋਈ ਨਹੀਂ। ਡੱਕ ਹੋਈ ਇੱਥੋਂ ਮਜਲਸ, ਕਦੀ ਹੁਸੈਨ ਦੀ ਮੈਂ ਰੋਕੇ ਫਿਰ ਤੇਰੀ ਗੱਲ ਹੈ, ਇੱਥੋਂ ਸ਼ੀਆਂ ਨੂੰ ਰੋਕ ਹੋਈ ਇੱਥੋਂ ਸੋਚਣਾ। ਮੈਂ ਖੁਦਾ ਦੇ ਘਰ ਖਲੋ ਕੇ ਸੈਯਦਾਂ 30 ਸਿਪਾਰੇ ਕੁਰਾਨ ਤੇ 7 ਦੇ ਹੱਥ ਰੱਖ ਕੇ ਮੈਂ ਕਸਮ ਦੇ ਰਿਹਾ, ਮਜਲਸ ਰੋਕਣਾ, ਜਲੂਸ ਰੋਕਣਾ, ਅਜ਼ਾਦਾਰੀ ਰੋਕਣਾ, ਜ਼ੁਲਜਨਾ ਰੋਕਣਾ, ਭੁਲੇਖੇ ਚ ਨਾ ਮਾਰਿਆ ਜਾਈ। ਸੁੰਨੀ ਸ਼ੀਆ ਇਸ਼ੂ ਨਹੀਂ, ਹੁਸੈਨ ਦਾ ਜ਼ਿਕਰ ਉਹ ਰੋਕੇ ਯਾਰ ਜਿਹੜਾ ਖੁਦ ਯਜ਼ੀਦ ਹੈ ਜਾਂ ਨਸਲ ਯਜ਼ੀਦ। ਦੂਜੇ ਬੰਦੇ ਦਾ ਹੱਕ ਹੀ ਨਹੀਂ ਹੈ। ਖਿਆਲੋ ਫਿਕਰ ਕੀ ਤਹਿਜ਼ੀਬ ਕੇ ਸ਼ਗੁਨ ਮੈਂ ਹੁਸੈਨ, ਸਤੂਤੇ ਲੋਹੇ ਮਸ਼ੀਅਤ ਸਦਾਏ ਕੁਨ ਮੈਂ ਹੁਸੈਨ, ਕਲੰਦਰੋਂ ਕੀ ਜ਼ੁਬਾਨ ਸੂਫੀਓਂ ਕੀ ਧੁਨ ਮੈਂ ਹੁਸੈਨ।
سجن گیانیوں کے گن میں حسین، اور نظر رسول کی ہے اور مزاج رب کا ہے، اسے دھرم میں نہ بانٹو حسین سب کا۔ حسین یا حسین، حسین یا حسین، حسین بادشاہ، حسین شہنشاہ، حسین لا الہ، حسین مصطفیٰ، حسین انما، حسین مرتضی، حسین مجتبی، حسین نے کیا، حسین نے کہا، حسین کی پسند، حسین کا وطن، پوری طاقت سے کل ایمان، یک ختم قرآن یک زبان، نعرہ لکھاؤ گرامن قاتبین، دسو 1400 سال دے بعد میری پارٹی کے لیے موت ہچ کی تو پہلے پہلے، یا خلم کھلا یزیدی ہو کے مر جا، یا خلم کھلا حسینی ہو کے چھوڑ دے دو۔ آئے آئے میں جملہ کھا کسے نے سمجھا لے، لوٹیاں دی عزت نہ سیاست وچ، لوٹیاں دی عزت نہ دین وچ۔ کلمہ رسول نہ پڑھی تو لوٹا نہ پڑھی، یا یزید نہ لو یا حسین، چھڑ دنیا داری چار دن کی زندگی، یا قبر تنہائی یا موت یقینی، معاشر سختی جہنم ناقابل برداشت، مر جانے کل نبی نمو بھی پڑھے، کیڑا ماں پتر جمے جڑا رانی خان ہے نبی دے بار بار جڑ 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 جڑ، شفا پھر حسین دے نامے کر دی، یہ کل حسین دے نامے کے پھر حتمن کے کھلونے، یا رسول اللہ مہربانی کرو جدی نظر رحمت رسول نہیں نہ کرنے، 600,000 سال نبی نمازی ہوا تو جہنم ہی جانا ہی ہو۔ اپنی آئی ڈی بنا، اپنی واضح کر، کرامن کہتے میں نو دس میں کون نہ مجلس کرا، مجلس ہی بیٹھ کے دس میں حسین نہیں مجلس ہی جا سکتا، انہاں گلیاں صفائی کرا، آسانی پیدا کر دی تو شبیر دے زدارہ ملا سادہ پانی کی سبھی دعا دے، میں نے سنت ویکھے نے قسم خدا دی گڈیاں روک روک کے، اسی دس محرم سفر کرنے ہیں نا، سنی بھائی سبیلا لائیاں نے، اوے مظلوم تسے دست کا پی لو یار، جڑا دوپہر ہی شکری ماتمیاں نو پانی پلا رہے حسین دے نام، وہ یزیدی ہے کیا؟ ہاتھ بن لے نہ کر ماتم، تیرے مذہب وچ ماتم ناجائز نہ کر، تن کس رکھے ماتم کریے تو حسین نہیں بنے گا، نہیں ماتم تے رشتے دا جتنا ساتھ کے اتنا سے جتنا تعلق اتنا اظہار ہے، جلے ڈیڈ باڈی آمدی ہے سارا پیٹ تے نہیں نہ پٹتا، ماں پٹتی ہے یا بہن پٹتی ہے، تاکہ اب آپ رونا والا منہ بنا کے کھلوتے ہو، انہوں کا ماتم مذہب نہیں دستا رشتہ دستا ہے، یعنی چوکھی پھرتی پوچھتے ہیں ہے کہ لگ دی نے تیرے ذہن چ کہ کربلا شام شیاں دیاں دیاں رلیاں سن کے، جس دن تین یقین ہو گیا چھتیاں شہر چ ننگے سر جی پھرایا گیا اور نبی دی دی جائی، جدہ لاشا پہ گورو کفن ترے دن کربلا دی دھوتے پیا رہے حسین نبی کا پتر ہے، تیرے کو رون ہو جائے گا صرف انڈرسٹینڈ کر، اسی پاگل نہیں اسی جلے نہیں، کوئی دنیا تے بہن بھی خواہ میری بھرا دی لاش تے قاتل کو کچھ دی ہوئے بہن کر لو، کوئی بہن بھی خواہ بیٹھ چکے میرے پر کوئی کم نہیں، آواز بند ہو چلو سکرین بند ہوگی، کچھ کر لیں گے باقیاں تو بیٹھ جائے، کوئی ریلیٹڈ آدمی اگر اٹھ سکتا ہے تو اس کی ٹیکنیکل پرسن ہوگا، تو اس میرے لیے کو میں کمینڈ کرا ہوں، اللہ دی کائنات ہی رونا بنا ہے پٹنا بنا ہے حرام ہے، آؤ بیٹھو میری گل جواب دے دے، کائنات ہی کوئی بہن نہیں کھا، نو بھیراواں دی لاشاں پئیاں اور تے قاتل کول پوچھدی ہے ایک بہن کر لو، جھوٹ بولے میرے ممبر تو اتار دے، میں غلط بڑے ہیں میرے ممبر تو اتار دے، انہاں حرام زادیاں نام نہاد مسلمان جان کے لاشاں چ گزاریاں لے لی، ہن منت کرے گا سجا
ਜਾ ਦੁਨੀਆ ਬੁੱਢੀਆਂ ਰੋਣਗੀਆਂ, ਇੱਕ ਵਾਰੀ ਪੁੱਤਰਾਂ ਦੀਆਂ ਲਾਸ਼ਾਂ 'ਤੇ ਬੈਠ ਕਰ ਲੈਣ, ਅਸੀਂ ਆਪਾਂ ਕਿੱਧਰ ਬੈਠ ਫਿਰ। ਲੇਕਿਨ ਹੌਸਲਾ ਕਰ ਬੁਲਾ ਦੀਆਂ ਮਾਵਾਂ ਦਾ, ਵੇਖੇ ਨਹੀਂ ਲਾਸ਼ਾਂ ਪਈਆਂ, ਗੁਜ਼ਰ ਗਈਆਂ ਦੀਆਂ। ਜਿਹੜੇ ਮਕਤਲ ਚੋਂ ਗੰਜੇ ਸ਼ਵਾਦਾਰ ਚੋਂ ਗੁਜ਼ਰੀਆਂ ਨੇ, ਫਿਰ ਇਸ ਕੁੱਤੇ ਦੇ ਬੱਚੇ ਆਵਾਜ਼ ਮਾਰਿਆ, ਸਜਾਦ ਰੋਕੇ ਨਾ ਇੱਕ ਵਾਰੀ ਰੋਕ, ਇਹਨਾਂ ਨਾਖ ਲੈ ਕੇ ਗ੍ਰੈਂਡ ਕਰਨ, ਅੱਗੇ ਨਹੀਂ ਵੇਖੇ ਹੁਣ ਵੇਖਣ ਲਾਸ਼ਾਂ। ਇੱਥੇ ਸੈਯਦ ਸਾਜਦੀਨ ਫਰਮਾਇਆ, ਇੱਕ ਇੱਕ ਮਿੰਟ ਦੀ ਇਜਾਜ਼ਤ ਮਿਲ ਗਈ, ਅਜੇ ਉੱਠ ਨਹੀਂ ਬੈਠੇ, ਚਲੀ ਦੀਆਂ ਧੀਆਂ ਲੈ ਪਈ, ਦਿਲਾਂ ਦੀ ਯਾਦ ਤੇ ਪਿਆ ਦੀ ਹੈ। ਮੈਂ ਅਮੀਰ ਅਲ ਮੋਮਿਨੀਨ ਪਿਓ ਦੀ ਧੀ ਹਾਂ, ਅਤੇ ਮਾਂ ਜ਼ਹਰਾ ਦਾ ਵਾਸਤਾ ਦੇ ਕੇ ਪਈ ਹਾਂ, ਨਾ ਇੱਕੋ ਕਰਨਾ ਜੇ ਦੂਜਾ ਨਹੀਂ ਜੇ ਕਰਨਾ, ਇਹਨਾਂ ਬਹਾਨਿਆਂ ਨਾਲ ਸਜਾਦ ਨੂੰ ਮਾਰਨਾ ਜੇ, ਅਤੇ ਮੈਂ ਨਸਲ ਮੁਕਾਈ ਜੇ ਸਜਾਦ ਬਚਾਉਣ ਵਾਸਤੇ, ਨਾ ਦੂਜਾ ਕਰਿਆ। ਕੁਛ ਹਾਜੀਓ ਨੇ ਸ਼ਿਮਰ ਬੇਗੈਰਤ 16 ਦਫਾ ਦਾ ਹਾਜੀ ਹੈ, ਕਾਰੀਏ ਕੁਰਾਨ ਏ, ਹਾਫਜ਼ੇ ਕੁਰਾਨ ਏ, ਸ਼ਿਮਰ ਤੇਰੇ ਨਬੀ ਦੇ ਪੁੱਤਰ ਦਾ ਕਾਤਲ ਹੈ, ਦੱਸ ਕਿੱਥੇ ਲੈ ਜਾਏ ਮਤਲਬ। ਨੌ ਟੁਕੜੇ ਵੀਰ ਦੀ ਲਾਸ਼ ਦੇ, ਹਾਜ਼ਰਾਂ ਦੀ ਮਰ ਜਾਂਦੀ ਨਾ, ਨਾ ਛਣੀਏ ਨਾ ਰੁਣੀਏ। ਫਰਮਾਇਆ ਹੁਸੈਨ ਤੇਰਾ ਜਿਹਾਦ ਮੁੱਕ ਗਿਆ ਤੇ ਮੇਰਾ ਸ਼ੁਰੂ ਹੋ ਗਿਆ। ਅਲੀ ਦੇ ਪੁੱਤਰ ਸੌ ਜਾਓ, ਮੈਂ ਸ਼ਾਮ ਨੂੰ ਚੱਲੀ, ਮੇਰੇ ਇਮਤਿਹਾਨ ਦਾ ਪਹਿਲਾ ਤੇ ਔਖਾ ਪਰਚਾ ਹੀ ਆ। ਲਾਸ਼ 72 ਬੈਣ ਦੀ, ਅਜੇ ਉੱਠ ਨਹੀਂ ਬੈਠੇ ਤੇ ਮੈਂ ਲੱਥੀਆਂ ਉੱਥੋਂ ਲੈ ਕੇ ਤੇ ਲਾਸ਼ ਦੇ ਅੰਦਰ ਤੱਕ ਇੱਕੋ ਹੀ ਗੱਲ ਸੋਚੀ ਹੈ, ਰਹਿਣ ਕਿਦਾਂ ਕਰਨਾ ਹੈ, ਤੇਰਾ ਕਰਾਂ ਅੱਬਾਸ ਨੂੰ ਛੋੜਾਂ, ਅੱਬਾਸ ਦਾ ਕਰਾਂ ਅਲੀ ਅਕਬਰ ਦਾ ਨਾ ਕਰਾਂ, ਅਲੀ ਅਕਬਰ ਨੂੰ ਰੋਵਾਂ ਅਲੀ ਕਾਸਮ ਦਾ ਨਾ ਕਰਾਂ। ਤੁਸੀਂ ਸਹੀ ਹੋ, ਮੇਰਾ ਖੂਨ ਹੋ, ਹਾਸ਼ਮੀ ਹੋ, ਤੁਹਾਨੂੰ ਰੋਵਾਂ, ਮੈਂ ਉਂਦੀਆਂ ਨੂੰ ਛੱਡ ਦਿਆਂ, ਅਬੀਰ ਨੂੰ ਨਾ ਰੋਵਾਂ, ਜੌਨ ਨੂੰ ਨਾ ਰੋਵਾਂ, ਕੈਸ ਨੂੰ ਨਾ ਰੋਵਾਂ, ਹਲਾਲ ਬਿਨ ਨਾਫਿਲ, ਮੁਸਲਮ ਬਿਨ ਹੁਸੈਨ, ਕਿਦਾਂ ਮੈਂ ਕਰਨਾ ਹੈ। ਬੇਵਾਰਸ ਜੋੜੀ ਦੀ ਲਾਸ਼ ਪਈ, ਸਕੇ ਪੁੱਤਰਾਂ ਦਾ ਆਉਣਾ ਮੁਹੰਮਦ ਦਾ ਕਰ ਲੈ, ਮੈਂ ਵੀ ਰਾਜ਼ੀ, ਅੱਬਾਸ ਰਾਜ਼ੀ, ਹਬੀਬ ਰਾਜ਼ੀ। ਰੋ ਕੇ ਪਈਆਂ ਦੀਏ ਸੈਯਦਾਂ ਤੇ ਸੈਯਦ ਸਦਕਿਆਂ ਨੂੰ ਨਹੀਂ ਰੋਂਦੇ, ਨਾ ਮੈਂ ਅੱਜ ਰੋਣਾ ਹੀ, ਨਾ ਮੈਂ ਕੱਲ੍ਹ ਰੋਣਾ, ਤੁਹਾਨੂੰ ਰੋਵਾਂਗੇ, ਬਸ ਤੇਰਾ ਵੈਨ ਕਰਨਾ ਹੈ, ਦਸ ਦਿਨ ਕੀ ਆ ਕੇ ਰੋਵਾਂ। ਜਬਰੀਲ ਦੇ ਪਰਾਂ ਦੀ ਜ਼ੀਨਤ ਆਖਾਂ, ਮੋਹਰੇ ਨਬੂਆ ਦਾ ਸਵਾਲ ਆਖਾਂ, ਸੈਯਦਾ ਦੀ ਆਗੋਸ਼ ਦੀ ਜ਼ੀਨਤ ਆਖਾਂ, ਆਪਣੀ ਮਰਜ਼ੀ ਦਾ ਵੈਣ ਦਾ ਇੱਕੋ ਹੀ ਵੈਣ ਹੈ, ਪਰ ਮੈਂ ਮਰਜ਼ੀ ਤੇ ਤੇਰੀ ਆਪਣੀ ਹੈ। ਉਂਝ ਮੈਂ ਤੇ ਇਹ ਜਾਣਨਾ, ਫਿਰਾ ਗਰੀਬ ਜਾਂ ਵੀ ਮਰੇ ਨਾ, ਤੇ ਵਹਿਣ ਲਾਸ਼ ਤੇ ਖਲੋ ਕੇ ਆਦੀ, ਉਹ ਬੰਦੇ ਆਓ ਮੇਰਾ ਬਾਦਸ਼ਾਹ ਮਰ ਗਿਆ, ਤੇ ਫਰਮਾਇਆ ਮੈਂ ਹਕੀਕਤ ਵਿੱਚ ਬਾਦਸ਼ਾਹ ਹਾਂ, ਮੈਂ ਤੇ ਜੰਨਤ ਦਾ ਸੁਲਤਾਨ ਹਾਂ, ਆਖਦਾ ਹਾਇਓ ਮੇਰਾ ਜੰਨਤ ਦਾ ਨਵਾਬ ਹੁਸੈਨ, ਕਿਵੇਂ ਨਾ ਤੇਰੀ ਹਾਏ ਨਿਕਲੇ, ਹੱਥ ਸਾਹਮਣੇ ਕਰਕੇ ਆਦੀ, ਉੱਠਾਂ ਵੇਖ ਨਵਾਬਾਂ ਦੀਆਂ ਭੈਣਾਂ ਜਿਵੇਂ ਮੈਂ ਤੇਰੀ ਲਾਸ਼ ਤੇ ਆਈਆਂ, ਆਇਓ ਮੇਰਾ ਪੁੱਤਰਾ ਮੋਇਆ, ਆਇਓ ਮੇਰਾ ਫਿਰਾਵਾ ਮੋਇਆ, ਆਇਓ ਮੇਰਾ ਮਹਿਮਾਨਾ ਮੋਇਆ ਹੁਸੈਨ। ਅਲਾਮਾ ਮੁਬੀਨ ਲਖਨਵੀ ਹੈ ਜੋ ਸੁਨਤ ਆਲਮਦੀਨ ਨੇ, ਉਹ ਲਿਖਦੇ ਨੇ ਉਸ ਵਕਤ ਤੱਕ ਗੰਜੇ ਸ਼ਹਦਾ ਚੋਂ ਕੋਈ ਰਸੂਲ ਜ਼ਾਦੀ ਹੁਸੈਨ ਦੀ ਲਾਸ਼ ਤੋਂ ਨਹੀਂ ਉੱਠੀ ਜਦ ਤੱਕ ਉਹਨਾਂ ਦੀਆਂ ਪੋਸ਼ਾਕਾਂ ਦੇ ਰੰਗ ਤਬਦੀਲ ਨਹੀਂ ਹੋ। ਤੁਸੀਂ ਕੀ ਸਮਝੇ, ਸੌਖੀ ਉੱਠਦੀ ਹੈ ਫਿਰਾ ਵੈਣ ਦੀ ਲਾਸ਼, ਮੌਲਵੀ ਸਿਰਫ ਤੇ ਨਹੀਂ ਦੱਸੇ ਇਹਨਾਂ ਨੇ ਪੀਟਾ ਕੁੱਟੀ ਲਾਈ ਹੈ, ਇਹ ਕਿਹੜੀ ਗੱਲ ਹੈ, ਮਾਂ ਹੁਸੈਨ ਸ਼ਹੀਦ ਹੋ ਕੇ ਆ ਨਾ ਹੋ ਨਾ ਇੱਥੇ ਰੱਖ ਲੈ ਕਲੇਜੇ ਤੇ ਹੱਥ ਸ਼ਾਹ ਦੀ ਗੱਲ ਦਾ ਜਵਾਬ ਦੇ।
بہن میرا دی لاش تو سوکھی اٹھ دی جلے جنازے کا اعلان ہوتا ہے میں گھنٹہ گھنٹہ جنازے لیٹ ہوتے ہیں کی ہوا ہے غسل ہو گیا جی کفن ہو گیا وہ بہنوں کا ایک ہی آئی نا وہ پھر اتنے روڈی میں بڑے بڑے کلیجی والے بندے آتے ہیں اللہ دس منٹ روز لین دے قرآن کی قسم بہن کو میرا کا جنازہ لین ہی اور آؤں گا پڑھو کلمہ میرا سننی بھائی تے نبی دے نام تے میں نہیں دستے یہ کتنے لکھے ہے پھراواں دے جنازے پڑے نے تے بہنا شام تر گئی ہیں مر جائے بہن پھرا دا قاتل نہ ویکھے سنی دی ہوئے بہن شیعہ دی ہوئے امیر دی ہوئے بہن غریب دی ہوئے مردی مر جائے بہن پھرا دا قاتل نہیں برداشت ساڈے علاقے سلوئی قتل دی بندہ رات دے اندھیرے چ مر گیا پتے کولن لگے مارن والا پونے تیسرے دن کلو تے ایں پوری بندے بیٹھے یار کوئی پتہ لگیا ہے کوئی سمجھ نہیں دشمن نہیں کوئی نہیں جب ایک بندہ کھلو گیا اسے کہ بھی سارے صاحبان میری گل ایک بار غور نال سن لو قاتل میں تو کا کو سکھ میری گل میں نصرہ کو نہیں کتے دشمنی میری میں رائکی کیتی ہے میں بندہ مارنا ہی ٹھیک گھنٹے بعد میں پتہ لگے بندہ غلط مار گیا مارنا میں اپنا دشمن ہی جنازہ بھی ہوتا میں پڑھے کل بھی آیا اگے کلا ہوں گا کہ ہاں اب پہنا بھی لیا اب میں دیا بھی لیا دشمنی میری تاری کوئی نہیں غلطی نہ مار لے من مارنا جی سروا مار میرے پتر مارنے جی میں لیا میری دیا بھی لیا جی معافی دین دیا تو دیا لے کے آ گیا خدا واسطے معاف کر بندے پھڑ کے کمرے چ لے کے کوئی جذباتی نہ ہو جائے انہیں آخر گھر آ گیا تو غلطی انسان کو ہو جاتی نہ دستا تو سی کے کر لینا تو کچھ مہربانی کرو کچھ نرمی کرو کچھ حوصلہ مار دیا گے ساڈا بھی نہیں رہ بھی نہیں رہے گا وہ کرتے 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 اخیر ہے انہیں آپ کو بیٹی کا رشتہ دے اتنی زمین آتی سلو نہیں چکے ہو اس آخر جی میں سلو لفین لگ پی تو نال والی حویلی چ بی بی کا بہن وہ جو پنچایت کا سردار ہے جو سنی ہے اس آخر بی بی کون چھویں ماہ فرما دے دل چ نکلی دل کو جانا اتوں بہن بی بی کا نکلیا پریا نو ہلا گیا کون ہے اس آخر مرن والے کی بہن ظلم کرنے لگے ہو جی نقصان انہیں پوچھے کو نہیں سنو بار بار بہن تو بار بار کی سنا کر انہیں کہ تم جاؤ تو پوچھ سفید ریش آئی پنچایتی آئی تر گیا بال کھلے ایک پھر آئی اس کے میرا پتر نقصان بڑا ہو گیا ہے پورا کو نہیں آ گیا ہے سارے گھر آ گیا ہے غلطی نال اس کی تے معافی بھی منگتا ہے بیٹی کا رشتہ بھی دینا ہے اتنی زمینیں بھی دینا ہے سلو کر لی ہے خاندان راضی ہو گیا یہ نقصان تیرا ہوا میرا پتر تم ہی تھوڑی جی نرمی ہو سکے کر لے تھی سلا بڑھیا نہ کام میری تو دنیا ہو جائے کوئی شرط لکھوانی ہو سکے ہاں ایک شرط لکھ دے کیڑی ہو سکے جب تک میں زندہ بھول کے بھی میری گلی چ میرے برادا قاتل نہ ہو شیاں سنیاں بہن مر جاندی ہے پھر آدھا قاتل نہیں ویکھ سکدی تو مسلمان نے میں سیدا لیا قرآن میں ساتھ رکھ دینا حوصلہ علی نے دیدا کربلا تو لے کے شام تائیں سجے ویکھے پھر آواں دے کا کبھی وی دی آئی پھر آواں دے قاتل مردی مر جائے بہن پھر آدھا قاتل کے ہاتھ نہیں کرتی ہرامی
ਹੱਸ ਗਿਆ ਮੈਂ ਤੁਰ ਗਏ ਗਾਜ਼ੀ ਜਿਹਦੇ ਮਾਣ ਕਰਨੀ ਆ ਦੀਗਰ ਹੋ ਗਈ ਇਹ ਸ਼ਾਮ ਹੋਣਾ ਜੀ ਇਹ ਜੁਮਲਾ ਮੈਂ ਜਿਹੜਾ ਪੜ੍ਹਿਆ ਬਹੁਤ ਪਹਿਲੇ ਜਮਾਤ ਦੇ ਵੱਡੇ ਆਗਾ ਜੀ ਹੁਸੈਨ ਕੁੰਨੀ ਦੇ ਚਾਚਾ ਬੜਾ ਵੱਡਾ ਮਸਾਇਬ ਖਾਨ ਸੈਯਦ ਫਖਰ ਦਾ ਵੱਡੇ ਆਗਾ ਜੀ ਦੋ ਦਿਨ ਦਾ ਜਲਸਾ ਹੀ ਪਹਿਲੇ ਦਿਨ ਦਾ ਆਖਰੀ ਇਹੋ ਟਾਈਮ ਦੀਗਰ ਦਾ ਵਾਰਾ ਮੈਂ ਪੜ੍ਹਦੇ ਹਾਂ ਦੋ ਬੰਦੇ ਪੇ ਗੁਜ਼ਰਦੇ ਹਾਂ ਇੰਨੇ ਟੈਂਟ ਸ਼ਾਮੀਆਂ ਨੇ ਲੱਗੇ ਖੁੱਲੇ ਮੈਦਾਨ ਮਜਲਿਸ ਇੱਕ ਸੁੰਨੀ ਆਈ ਇੱਕ ਸ਼ੀਆ ਆਈ ਸ਼ੀਆ ਬੰਦੇ ਆਖਿਆ ਯਾਰ ਮਜਲਿਸ ਅੱਧੇ ਘੰਟੇ ਦੀ ਸੁਣ ਲਈ ਉਸ ਅੱਖੇ ਸੁਣ ਲੈਂਦੇ ਹਾਂ ਇਸੇ ਬਹਾਨੇ ਉਹ ਸੁੰਨੀ ਬਹਿ ਗਿਆ ਅੱਗੇ ਆਗਾ ਸਾਹਿਬ ਇਹੋ ਜੁਮਲਾ ਪੜਿਆ ਮੁਹੰਮਦ ਦੀ ਧੀ ਚਾਦਰ ਮੰਗੀ ਉਹ ਪਹਿਲੇ ਦਿਨ ਮਜਲਿਸ ਹੀ ਸੁੰਨੀ ਆਇਆ ਖਲੋ ਕਿਆ ਕਰਨ ਲੱਗਾ ਉਹ ਸੈਯਦ ਜ਼ਾਦਾ ਮੰਗਣਾ ਲਈ ਕੌਣ ਆਈ ਫਰਮਾਇਆ ਮੁਹੰਮਦ ਮੁਸਤਫਾ ਦੀ ਧੀ ਆਈ ਕਿੰਨਾ ਕੋਲੋਂ ਮੰਗਦੀ ਆਈ ਫਰਮਾਇਆ ਮੁਸਲਮਾਨਾਂ ਕੋਲੋਂ ਹੈਰਾਨ ਹੋ ਕਿਆ ਦਾ ਕੀ ਹੋ ਜੇ ਮੁਸਲਮਾਨ ਕਦਮਾਂ ਵੀ ਉਹਦੇ ਨਾਨੇ ਦਾ ਪੜਦੇ ਆ ਚਾਦਰਾਂ ਵੀ ਉਹਦੀਆਂ ਧੀਆਂ ਦੀਆਂ ਲੁੱਟੀਆਂ ਫਰਮਾਇਆ ਸੀ ਕਿੱਦਾਂ ਰੋਂਦੇ ਅਰੇ ਫਿਰ ਲੱਭੀ ਆ ਕੋਈ ਨਾ ਫਰਮਾਇਆ ਲੱਭਦੀ ਤੇ ਅਸੀਂ ਭੈਣਾਂ ਲੈ ਕੇ ਮਿੱਠੀਆਂ ਤੇ ਨਾ ਰੋਂਦੇ ਉਹ ਮੰਗਦੀ ਰਹੀ ਬਦਮਾਸ਼ ਹੱਸਦੇ ਰਹੇ ਗੱਲ ਆਉਂਦੀ ਹੈ ਜਿਹੜੀ ਦਿਲ ਨੂੰ ਲੱਗਦੀ ਹੈ ਮੋਹਰ ਆਉਂਦੀ ਆ ਜੇ ਮੁਹੰਮਦ ਚੋਵੇ ਉਹਦੇ ਦਿਲ ਤੇ ਗੱਲ ਲੱਗ ਗਈ ਮੇਰੇ ਨਬੀ ਦੀ ਧੀ ਚਾਦਰ ਪਈ ਮੰਗਦੀ ਇਹੋ ਨੀ ਕਰਦਾ ਵੇਲਾ ਮਜਲਿਸ ਸੁਣਦੀ ਰਹੀ ਮੋਮਨ ਸੁਣਦੇ ਰਹੇ ਉਹ ਸੁੰਨੀ ਉੱਠ ਕੇ ਟੁਰ ਗਿਆ ਉਸ ਵੇਲੇ ਬੰਦੇ ਸਰਾਂ ਤੇ ਪੱਗਾਂ ਬੰਨਦੇ ਹਨ ਪੱਗ ਇੱਜ਼ਤ ਆਉਂਦੀ ਆਈ ਪੱਗ ਲਾ ਦਿੱਤੀ ਪੈਰਾਂ ਜੁੱਤੀਆਂ ਕੋਈ ਨਾ ਰਹੀ ਸਹੀ ਖਾਨਦਾਨੀ ਬੰਦਾ ਹੀ ਰੋਂਦਾ ਘਰ ਆ ਗਿਆ ਹਵੇਲੀ ਚ ਧੀਆਂ ਵੇਖਿਆ ਨੂੰਆਂ ਬਾਹਰ ਨਿਕਲ ਆਈਆਂ ਚਾਚਾ ਕਿਸ ਮਾਰੇ ਸਾਨੂੰ ਦੱਸ ਅਸੀਂ ਪੇਕੇ ਬੁਲਾਈਏ ਧੀਆਂ ਦੇ ਸਾਹਮਣੇ ਰੋ ਕਿਆ ਦਾ ਕਿਵੇਂ ਦੱਸਾਂ ਮਾਰਿਆ ਕਿਸੇ ਨਹੀਂ ਮੁਹੰਮਦ ਦੀ ਧੀ ਚਾਦਰ ਪਈ ਮੰਗਦੀ ਹੈ ਮੇਰਾ ਪੁੱਤਰ ਸਾਡੇ ਨਬੀ ਦੀ ਵੇਚੀ ਹੈ ਚਾਦਰ ਪਈ ਮੰਗਦੀ ਉਹ ਵੀ ਪੂਰਾ ਖਾਨਦਾਨ ਹੈ ਸੁਣ ਧੀਆਂ ਵੀ ਨੂੰ ਉਹਨਾਂ ਆਖਿਆ ਚਾਚਾ ਸਾੜੀਆਂ ਲੈ ਜਾ ਜਾ ਨਬੀ ਦੀ ਧੀ ਹੁੰਦੇ ਉਸ ਆਖਿਆ ਮੇਰਾ ਪੁੱਤਰ ਤੁਸੀਂ ਹੁਣ ਦਰੀਆਂ ਸਹੀ ਅਜ਼ਾਦੀਆਂ ਚਾਦਰਾਂ ਨਾ ਦਿਓ ਜੀ ਪਿਓ ਤੇ ਦਹਿਨ ਕਰਦੀਆਂ ਹੋ ਮੈਨੂੰ ਜ਼ੇਵਰ ਲਹਾ ਦਿਓ ਉਸ ਵੇਲੇ ਉਹ ਰੋਤੇ ਹੀ ਜਦ ਨੱਕਦੀਆਂ ਬੰਦੇ ਕੋਲ ਕੋਈ ਨਾ ਆਉਂਦੀਆਂ ਧੀਆਂ ਤੇ ਨੂੰਹਾਂ ਦੇ ਜ਼ੇਵਰ ਲਹਾ ਕੇ ਜਿਵੇਂ ਮੈਂ ਗੱਲ ਸੁਣਾਈ ਨੇ ਬਾਜ਼ਾਰ ਗਿਆ ਵੇਚੀਆਂ 40,000 ਲੱਗੀ ਕੀਮਤ ਚਾਦਰਾਂ ਬਣਵਾਉਂਦੇ ਬਣਵਾਉਂਦੇ ਅੱਧ ਰਾਤ ਹੋ ਗਈ ਨੌਕਰਾਂ ਨੂੰ ਕੱਢਣੀਆਂ ਚਾਦਰਾਂ ਦੀ ਚਵਾ ਕੇ ਮਾਮ ਮਾਰਗਾ ਆਇਆ ਮਜਲਿਸ ਮੁੱਕ ਗਈ ਮੋਮਨ ਘਰਾਂ ਨੂੰ ਟੁਰ ਗਏ ਮਾਮ ਮਾਰਗਾ ਖਾਲੀ ਹੋਈ ਨੌਕਰਾਂ ਨੂੰ ਆਦੇ ਕਾਜ਼ੀ ਦੇ ਅਲੰਦਰ ਨੇ ਚਾਦਰਾਂ ਰੱਖ ਕੇ ਟੁਰ ਜੋ ਜ਼ਿੰਦਾ ਰਿਹਾ ਤੇ ਮੈਂ ਕੱਲਾ ਵੈਸਾ ਕੁਰਾਨ ਦੀ ਕਸਮ ਹੈ ਸਾਰੀ ਰਾਤ ਕਾਜ਼ੀ ਦੇ ਅਲੰਦਰ ਨੇ ਚਾਦਰਾਂ ਰੱਖ ਕੇ ਅੱਬਾਸ ਦੇ ਅਲਮ ਨੂੰ ਹੱਥ ਪਾ ਕੇ ਹੀ ਕਮੈਨ ਕਰਦਾ ਯਾਦ ਆਈ ਉਸ ਵੇਲੇ ਕਿੱਥੇ ਆਏ ਜਦਨ ਸੈਨਬ ਮੰਗਦੀ
ਅਤੇ ਮੈਂ ਇਹਨਾਂ ਨੂੰ ਕੀ ਕਰਾਂ, ਮੇਰੀਆਂ ਧੀਆਂ ਵਾਲੀਆਂ ਤੇ ਰਹਿ ਰਹੀਆਂ ਤੇ ਸੈਯਦਾ ਦੀ ਦਿੱਲੀ ਜਾਂਦੇ ਸਾਲਾ ਕਿਆ ਮੈਂ ਦੱਸਣਾ ਤੂੰ ਸ਼ਰੀਅਤ ਦੇ ਲਿਆਂਦੀ ਗੱਲ ਜੀ ਜਾ ਫਰਮਾਇਆ ਜਾ ਬਸਤੀਆਂ ਟੁਰ ਜਾ ਸੈਦਾ ਦੇ ਘਰ ਪਹੁੰਚ ਉਹਨਾਂ ਨੂੰ ਨਹੀਂ ਇੰਨੀਆਂ ਸਮਝੀ ਭਰੇ ਬਾਜ਼ਾਰ ਇੱਕ ਅਲੀ ਦੀ ਧੀ ਦੇ ਸਰ ਤੇ ਦਿੱਤੀ ਜਿਵੇਂ ਮੈਂ ਗੱਲ ਸੁਣਾਈ ਨੇ ਜੱਦਾ ਲਾ ਲਿਆ ਪੂਰੇ 19 ਦਿਨ ਮੋਮਨ ਨੂੰ ਲੱਗ ਰਿਹਾ ਕਦੀ ਇਸ ਗਲੀ ਕਦੀ ਉਸ ਬਸਤੀ ਚ ਰਹਿੰਦਾ ਸੀ ਸੈਦਾ ਦੇ ਘਰ ਪਹੁੰਚ ਕੇ ਦਸਤਕ ਦਿੰਦਾ ਸੀ ਕੌਣ ਹੈ ਚਾਦਰ ਵਾਲਾ ਹੱਥ ਵਾਲਾ ਕਿਆ ਦਾ ਪੁੱਛਣ ਦੀ ਲੋੜ ਕੋਈ ਨਹੀਂ ਲੈ ਲਓ ਤੁਹਾਡੀ ਦਾਦੀ ਬਾਜ਼ਾਰਾਂ ਚ ਮੰਜੀ ਗਈ ਹੈ ਕੁਰਾਨ ਦੀ ਕਸਮ ਹੈ ਮੁਸਲਮਾਨਾਂ ਦੇ ਆਣ ਪੱਥਰ ਮਾਰੋ ਸਾਡੇ ਬਾਰੀ ਆ ਗਏ ਅਲੀ ਦੀ ਧੀ ਰੋ ਰੋ ਕੇ ਆਂਦੀ ਹੈ ਚਾਦਰ ਦਿਓ ਮੈਂ ਤੁਹਾਡੇ ਨਬੀ ਦੀ ਧੀਆਂ ਬਦਮਾਸ਼ਾਂ ਦਾ ਰਸ਼ ਵਰਗਿਆ ਪਿਆਲੀਆ ਪਈ ਆਦੀ ਹੈ ਕਿਉਂ ਵੱਧ ਗਈਏ ਭੀ ਬਾਜ਼ਾਰ ਦੇ ਵਿੱਚ ਮੈਂ ਖੁਆ ਬਦ ਪੁੱਤਰ ਨਸਾਏ ਕਿਆ ਮੈਂ ਤੋਂ ਪਹਿਲੇ ਸਰਦਾ ਜਲਦੀ ਜ਼ਹੂਰ ਫਰਮਾ ਰਬੇ ਸੋਲੇ ਅਲਾ ਮੁਹੰਮਦ।